ਇਹਦੇ ਚੋਖਾ ਰਾਜ ਅੱਗੂ ਇੱਕ ਚੋਖਰ ਮਤੇ ਲਾ ਲੈ ਲਾ ਮੈਂ ਅੱਗੇ ਬਿੱਲੀ ਦਾ ਬੱਚਾ ਚਾਹੀਦਾ ਤੇ ਓਏ ਤੂੰ ਤੇ ਇੱਕ ਤਰੇ ਆਈ ਨੇ ਮਹਿੰਗਾਈ ਚੱਕਰ ਲੈਣ ਚੱਕਰ ਲਾ ਕੇ ਬਾਜ ਪੀਆ ਇੱਕ ਬੰਦਾ ਚਾਹੀਦਾ ਲੈ ਲਾ ਮੈਂ ਆ ਕੇ ਬਿੱਲੀ ਦਾ ਬੱਚਾ ਚਾਹੀਦਾ ਮੈਂ ਆ ਕੇ ਲਾਲਾ ਇਹ ਬਿੱਲੀ ਦਾ ਬੱਚਾ ਇਹ ਕੇਸ਼ ਹੁਆ ਕੇ ਖੁਦਾ ਦਾ ਬੰਦਾ ਤੇ ਕੋਈ ਬਿੱਲੀ ਦਾ ਬੱਚਾ ਰਿਸ ਦੇ ਇਹ ਮੇਰਾ ਕੁਰਬਾਨੀ ਦਾ ਲੈ ਲੈ ਹੈਰਾਨ ਰਹਿ ਗਏ ਯਾਰ ਮੰਗਈ ਉਹ ਕੰਮ ਕਰ ਦਿੱਤੇ ਮੈਂ ਤੂੰ ਕਿਹੜੇ ਸਾਵਾਂ ਤੋਬਾ ਤੋਬਾ ਉਹ ਕਪੂਚ ਕੋਈ ਨੇ ਯਾਰ ਬਾਲਾਂ ਕੀ ਤੇ ਕਸ਼ਾ ਗਿਣਨ ਵਾਸਤੇ ਨਿਕਲ ਰਹੇ ਆ ਸੁਚੇਂਦੇ ਆ ਸੇ ਗਿਨਸੂ ਗੰਡੇ ਦੇ ਰੇਟ ਬਰਾਬਰ ਨਹੀਂ ਦਿੰਦੇ ਅੱਲਾ ਦਾ ਪਾਵਾ ਬੰਦਾ ਐਡੀ ਮਹਿੰਗਾਈ ਦੇ ਗਏ ਜੋ ਕੋਈ ਸਮਝ ਅੱਲਾ ਪਾਕ ਮਾਫੀ ਦੇਵੇ ਯਾਰ ਹੁਣ ਮੈਂ ਕੋਈ ਸਮਝ ਨਹੀਂ ਆਂਦੀ ਮੇਰੇ ਕੋਲ ਟੋਟਲ 15000 ਰੁਪਏ ਅੱਛਾ ਲੈ ਲੈ ਦੇ ਪੈਸੇ ਨਹੀਂ ਦਿੰਦੇ ਮੈਂ ਹੁਣ ਕੀ ਕਰਾਂ ਯਾਰ ਇਹ ਨਾ ਕਰਦੇ ਆ ਬੋਲਣ ਨਾਲ ਤਾਂ ਕਸ਼ਾ ਲਾਭੀ ਵੈਂਦੀ ਹੈ ਅੱਲਾ ਪਾਕ ਆਖਦੇ ਹਿੰਮਤ ਕਰੋ ਮੰਡੀ ਲੱਗੇ ਵੈਂਦੇ ਵਾ ਦੇਖਦੇ ਆ ਕੋਈ ਮੱਤਾ ਰਾਹ ਨਿਕਲ ਆਵੇ ਯਾਰ ਤੇਰੀ ਗੱਲ ਤਾਂ ਠੀਕ ਹੈ ਮੰਡੀ 'ਚ ਵੰਜੂ ਮੰਡੀ ਵਾਲੇ ਅੱਗੂ ਜੇ ਰਹਿ ਨਾ ਰਿਲੇ ਨੇ ਉਹਦੇ 15000 ਰੁਪਏ ਦੀ ਖੁਦਾ ਦਾ ਬੰਦਾ ਕੁੱਕੜ ਨਹੀਂ ਮਿਲਦੀ ਤੂੰ ਹੀ ਤਾਂ ਕੁਰਬਾਨੀ ਦਾ ਲੈ ਲਾਗੀ ਨਾ ਆਖਣੇ ਗੱਲ ਤਾਂ ਇਹ ਡੈਡੀ ਠੀਕ ਹੈ ਲੇਕਿਨ ਹੁਣ ਕੀ ਕਰੂੰ ਆਪਣੀ ਇੰਕੂ ਤਾਂ ਦੇਖਣਾ ਨਾ ਸਾ ਆਪਣੀ ਜੇਬ ਦੇ ਮੁਤਾਬਿਕ ਤੁਰਨਾ ਲੱਗੇ ਵੈਂਦੇ ਆ ਮੰਡੀ ਵਾਂਗ ਕੇ ਦੇਖੂ ਦੇ ਲੈਣੇ ਹੈ ਚੱਕਰ ਮੰਡੀ ਦਾ ਬਸ ਇਹ ਚੱਕਰ ਮੰਡੀ ਦਾ ਬਾਕੀ ਮੈਂ ਕੋ ਤਾਂ ਕਸ਼ ਨਹੀਂ ਦਿਸਦਾ ਕੋਈ ਇਵੇਂ ਦਿਸਦਾ ਸ਼ੁਗਲ ਮੇਲਾ ਤਾਂ ਦੇਖ ਸੂਚਾ ਚਲੋ ਲੈਣੇ ਚੱਕਰ ਮੰਡੀ ਦਾ ਈਦ ਆਨੇ ਵਾਲੀ ਹੈ ਯਾਦ ਤੁਮ ਹੀ ਆਓਗੇ ਕਿਆ ਮਿਲਨੇ ਆਓਗੇ ਬੋਲੋ ਨਾ ਜ਼ਰਾ ਇੱਕ ਤੁਮ ਹੀ ਨਹੀਂ ਆਏ ਮਿਲਨੇ ਮੁਝਸੇ ਕਹਾ ਮੇਰੇ ਦਿਲ ਨੇ ਯਾਦ ਮੈਂ ਉਸਕੀ ਇੱਕ ਦੋ ਪਲ ਰੋ ਲੋ ਨਾ ਜ਼ਰਾ ਈਦ ਆਨੇ ਵਾਲੀ ਹੈ ਕੁਰਬਾਨੀ ਕਰੂੰਗਾ ਮੈਂ ਤਾਂ ਕੁਰਬਾਨੀ ਕਰੂੰਗਾ ਚੱਕਰ ਮੰਡੀ ਦਾ ਲਾ ਲਾ ਨਾ ਮੈਂ ਤਾਂ ਹੁਣ ਘਨ ਚੱਕਰ ਥੀ ਗਿਆ ਅੱਲਾ ਦਾ ਨਾਮ ਮਨ ਸਾਕੂ ਦੇ ਜੋ ਅਸਾਂ ਕੋਈ ਖਰੈਤ ਕਰੂੰ ਸੁਨਤ ਇਬਰਾਹੀਮੀ ਕਰੂੰ ਮੰਗਾਈ ਤਾਂ ਸਾਕੂ ਜਾਲ ਸਟੇ ਯਾਰ ਇਹਦੀ ਕੀਮਤ ਰਾਸ ਕਿਤਨੀ ਹੈ ਬਰਬਾਦ ਕਰੀ ਐਡੀ ਮਹਿੰਗਾਈ ਵੀ ਹੁੰਦੀ ਅੱਛਾ ਮੈਂ ਕੋਈ ਦੱਸ ਸੀ ਖਵੇਂਦਾ ਕੈਸੇ ਹੁੰਦੇ ਤੂੰ ਨਾਲ ਖਾਂਦੇ ਦੇਖ ਨਾ ਸੁਜਾ ਕਣੇ ਸਿੱਧੀ ਸਿੱਧੀ ਰਾਤ ਅੱਛਾ ਇਹਨੇ ਕਾਗਜ਼ ਮਾਗਜ਼ ਪੂਰੇ ਮਰੇ ਕਾਗਜ਼ ਪੂਜਾ ਕਰਨਾ ਡਰ ਲੱਗ ਜਾਂਦਾ ਮੈਂ ਤੂੰ ਨੰਬਰ ਪਲੇਟ
ਉਹਦੇ ਦੰਦਾਂ ਦਾ ਪੁੱਛ ਕੇ ਸ਼ਹੀਨੇ ਅੱਛਾ ਦੰਦਾਂ ਦਾ ਪੁੱਛੀਂਦੇ ਹਾਂ ਗੁੰਡਾ ਦੇ ਨਾਮ ਤੇ ਕਿਵੇਂ ਨਹੀਂ ਨਾ ਉਹਦੇ ਦੰਦ ਅੱਲਾ ਦਾ ਬੰਦਾ ਗੁੰਡਾ ਕੇ ਖੀਰ ਹੈ ਮੈਂ ਕੋਈ ਕੀ ਲੱਗਦੇ ਨੇ لات ماری تو سی آپ پتا نہیں لگتا نا ہوں تیری شکل کو تو لگتا شریف بندے میچو تو بےمان لگتا اچھا شریف خاندان غریب آدمی کی تے قربانی بڑی اوکھی تھی گئی ہے چکر منڈی کا لاوا آیا کشا گھنی میں چل نہ لگے جلدی چوکر گنایا آپ یقین کر مالک لالا کوئی گال کر لالا جی گال دس یہ کتنا ایک چرائی رہے کہ جات جو ایڈا مانگ ہے کلاچی کو بڑا مسئلہ بن رہا گال سنو لالا میرے کو 15,000 روپیہ تیلا مرضی والے مرضی والے دسو میری گل کھول کے سنو جاؤ جی ریٹ دسے نا تو لوگ پیچھا کوئی کی کروا دیں
ਮਾਰਾਂਗਾ ਤੇ ਕੱਟ ਤੇ ਖੱਤੀ ਤੇ ਜ਼ਿਆਦਾ ਤੇ ਮੈਂ ਤੱਕ ਛੁਰੇ ਸਾਂ ਨਹੀਂ ਕੀ ਆਦਾ ਖੜਾ ਹੈ ਸੌਦਾ ਕਰਵਾ ਆਇਆ ਲਾਲ ਜੀ ਰੇਟ ਤੋਂ ਸੁਣਨਾ ਪਿਛਲਾ 70,000 ਹੈ 70,000 ਮੈਂ ਤੇ ਕੋ ਅਗੇ ਲੈ ਲੈਣਾ ਗਿੰਦੇ ਦਾਂਦ ਮੈਂ ਗਿੰਦੇ ਮਹਾਂਗਨ ਭੇਡ 70,000 ਮੇ ਕੋਈ ਦੱਸ ਇਹ ਕਸ਼ਮੀਰ ਜਵਾਨ ਕਿ ਇੰਡੀਆ ਵਾਲੇ ਫੌਜ ਮਰੇ ਸੀ ਹੁੰਦਾ 70,000 ਇਹ ਹੁੰਦਾ ਮੇਰਾ ਖਿਆਲ ਹੈ ਤੇਰੇ ਵੀਰ ਸੈਕਟਰੀ ਹੋ ਆਪੇ ਜੀ ਤੇਰੇ ਵੀਰ ਸੈਕਟਰੀ ਹੋ ਆਪੇ ਛੋੜ ਯਾਰ ਛੋੜ ਨਾ ਕੋਈ ਯਾਰ ਤੂੰ ਮੇ ਕੋਈ ਦੱਸ ਇਹ ਭੇਦ ਦੀ ਸਹੀ ਸਹੀ ਕੀਮਤ ਕਰ ਮੇਰੇ ਕੋਲ ਪੈਸੇ ਪੜਨ ਪੈਸੇ ਦੀ ਟੈਨਸ਼ਨ ਮੁੜ ਕੀ ਨਹੀਂ ਹਾਂ ਉਹ ਸਾਰੇ ਕੋਲ ਹੀ ਨਹੀਂ ਕੋਨਾ ਮੈਂ ਘਰ ਲਾ ਦੇਵਾ ਅੱਛਾ ਮੈਂ ਕੋਈ ਗੱਲ ਦੱਸ ਭੇਡ ਹੀ ਵੀ ਆਪਣੀ ਜਾਂ ਪਰਾਈਏ ਨਾ ਮੁਰਾਦਾ ਕਿਹਦਾ ਸੋਹਣਾ ਚੋਰ ਹੈ ਤੂੰ ਭੇਡਾ ਚਰੇ ਨੇ ਘਰ ਫੜਾ ਹੋਇਆ ਆਇਓ ਕਰੇ ਅਜੀ ਤਾਂ ਇਕਣਾ ਹੋਇਆ ਸਿੱਧੀ ਸਿੱਧੀ ਗੱਲ ਬੇਮਾਨੀ ਨਾ ਕਰੇ ਲੋਰੀ ਦੀ ਤਾਂ ਨਹੀਂ ਚਾਹੀ ਤਾਂ ਦੋਰੇ ਗੁਰਬਤ ਦਾ ਜ਼ਮਾਨਾ ਹੈ ਉਹ ਗੁਰਬਤ ਜੋ ਹੈ ਮੰਗਾਈ ਤਾਂ ਇਹ ਉਹ ਤਾਂ ਸਭ ਪਤਾ ਹੈ ਕੀ ਮੰਗਾਈ ਤੇ ਪਿੱਛੋਂ ਤਾਂ ਹਰ ਬੰਦੇ ਮੰਗਾਈ ਲਾ ਦਿੱਤੀ ਹੈ ਮੰਗਾਈ ਲਾ ਦਿੱਤੀ ਘਾਲ ਗੁਰਵਾਂ ਤੋਂ ਆਦੇ ਮੰਗਾਈਏ ਕਿਉਂ ਤਬਦੀਲੀ ਹੈ ਓਏ ਡੱਕੀ ਜੋ ਤਬਦੀਲੀ ਸਾਡੇ ਤੇ ਆ ਗਈ ਹੈ ਇਹ ਤਾਂ ਕੁਰੇਸ਼ੀ ਮੋੜ ਹੈ ਕੀ ਵਜ੍ਹਾ ਤੂੰ ਮੰਗਾਈ ਹੈ ਕਸਮ ਹੈ 3,000 ਦੀ ਕੋਈ ਨਾ ਗਿਣਤੀ ਤੂੰ ਅਜਾ ਸੁਣ 15,000 ਰੁਪਇਆ ਗਿਣਨੇ ਬਰਬਾਦ ਕਰੇ ਕਿੱਥਾ ਬਿਜਾਵੜੀ ਕਮਿਸ਼ਨ ਤਾਂ ਰੱਖੀ ਖੜਾ ਅੱਲਾ ਦਾ ਨਾਮ ਮੈਂ ਤੀਸ ਕਹਿੰਦਾ ਪਿਆ ਲੋਕ ਪਾ ਕੋ ਮਰੇ ਸਨ ਮੈਂ ਨਿਕਲ ਸਕਦਾ ਉਮੀਦ ਤਾਂ ਸਾਕੂ ਤੇਰੇ ਕੋਲ ਯਾਰ ਮੈਂ ਆਧਾ ਹੀ ਮੈਂ ਕਰੂੰ ਜੁਲੂ ਇਹ ਤੂੰ ਇਹ ਕਿਹੜੇ ਚੱਕਰਾਂ 'ਚ ਫਸ ਗਿਆ ਮੈਂ ਤਾਂ ਘਨਚੱਕਰ ਬਣ ਗਿਆ ਅੱਛਾ ਯਾਰ ਉਧਾਰ ਸੁਧਾਰ ਕਰੇ ਸੇ ਪਈ ਮੰਡੀ ਤੇ ਤੱਕ ਪੈਸੇ ਦੇ ਦੂੰ ਇਹਨੇ ਕੁਰਬਾਨ ਤੋਂ ਬਾਅਦ ਤੋਂ ਕਿੱਥਾ ਲੱਭੇ ਤੂੰ ਹਰ ਜਾ ਤੇ ਤਾਂ ਆਉਂਦੇ ਆ ਖੁਦਾ ਦਾ ਬੰਦਾ ਮੇਰਾ ਵੀਰਾ ਮੰਡੀ ਦੇ ਆਲਾ ਤੇ ਮੰਡੀ ਦੇ ਚੱਕਰ ਲਾ ਲਾ ਅਸਾਂ ਖਨ ਚੱਕਰ ਥੀ ਗਏ ਮੰਗਾਈ ਸਭ ਕੁਝ ਇਤਨਾ ਖਰਾਬ ਕਰ ਦਿੱਤੇ ਇਮਰਾਨ ਖਾਨ ਸਾਹਿਬ ਅਸਾਂ ਗਰੀਬ ਲੋਕ ਹੈ ਅਸਾਂ 1 ਕਰੋੜ ਤੁਹਾਡੇ ਕੋਲ ਨੌਕਰੀ ਨਾ ਮੰਗਦੇ ਅਸਾਂ ਇੱਕ ਸੁੱਕੀ ਰੁੱਖੀ ਰੋਟੀ ਸਹੀ ਹੋਵੇ ਮਹਿੰਗਾਈ ਨਾ ਹੋਵੇ ਸਾਨੂੰ ਰੋਟੀ ਦੇ ਕੱਪੜਾ ਮਕਾਨ ਅਸਾਂ ਨਾ ਮੰਗਦੇ ਸਾਨੂੰ ਰੋਟੀ ਅੱਛੀ ਮਿਲੇ ਇਮਰਾਨ ਖਾਨ ਸਾਹਿਬ ਅਸਾਂ ਜਿਹੜੇ ਉਮੀਦਾਂ ਤੁਹਾਡੇ ਕਿਤੇ ਰੱਖੇ ਹਨ ਤੁਹਾਨੂੰ ਜਿਤਵਾਇਆ ਸੀ ਕਿ ਸਾਨੂੰ ਉਮੀਦ ਹੈ ਕਿ ਤੁਸੀਂ ਅਸਾਂ ਗਰੀਬੀ ਜਿਹੜੀ ਹੈ ਸਾਰੀ ਜਿਤਨੀ ਵੀ ਦੂਰ ਕਰੇ ਸੋ ਲੇਕਿਨ ਅਸਾਂ ਤਾਂ ਜ਼ਿਆਦਾ ਗਰੀਬ ਥੀ ਨੇ ਮੈਨੇ ਆਏ ਤੇਲ ਕੋ ਦੇਖੋ ਚੀਨੀ ਕੋ ਦੇਖੋ ਆਟੇ ਕੋ ਦੇਖੋ ਇਤਨਾ ਮਹਿੰਗਾ ਥੀ ਗਿਆ ਕਿ ਅਸਾਂ ਗਰੀਬ ਲੋਕ ਜਿਹੜੇ ਹੈ ਨਾ ਨਹੀਂ ਗਿਣ ਸਕਦੇ ਈਦ ਦੇ ਉੱਤੇ ਬਹੁਤ ਸਾਰੇ ਗਰੀਬ ਅਸਾਂ ਜਾਏ ਲੋਕ ਹਨ ਜਿਹੜੇ ਕੁਰਬਾਨੀ ਵੀ ਨਹੀਂ ਫਰਦੇ ਨਹੀਂ ਕਰ ਸਕਦੇ ਅਸਾਂ ਮਿਹਰਬਾਨੀ ਕਰੋ ਸਾਈਂ ਸਾਡੇ ਤੇ ਤਰਸ ਕਰੋ ਇਹ ਮਹਿੰਗਾਈ ਕੋ ਖਤਮ ਕਰੋ ਮਿਹਰਬਾਨੀ ਹੋ ਸੀ ਇਮਰਾਨ ਖਾਨ ਸਾਹਿਬ ਆਜ਼ਮ ਇਮਰਾਨ ਖਾਨ ਸਾਹਿਬ ਮੈਂ ਵੀ ਇੱਕ ਰਿਕੁਐਸਟ ਕਰੇ ਸਾਂ ਕਿ ਸਾਡੀ ਗਰੀਬ ਆਵਾਮ ਹੈ ਇਹਨਾਂ ਕੋ ਜਿਤਨਾ ਰਿਲੀਫ ਦੇ ਸਕਦੇ ਹੋ ਦਿਓ ਅਸਾਂ ਉਮੀਦਾਂ ਤੇ ਦੁਨੀਆ ਕਾਇਮ ਰੱਖੀ ਖੜੇ ਹਾਂ ਸਾਕੂ ਤੁਹਾਡੇ ਤੇ ਬੜੀਆਂ ਉਮੀਦ ਹਨ ਕਿ ਮੁਲਕ ਤੋਂ ਸੰਵਾਰ ਵੈਸੋ ਔਰ ਇਨਸ਼ਾਅੱਲਾ ਸਾਡੀ ਉਮੀਦ ਇਨਸ਼ਾਅੱਲਾ ਜ਼ਰੂਰ ਪੂਰੀ ਥੀ ਸੀ ਅਸਾਂ ਇਹ ਉਮੀਦਾਂ ਤੇ ਜ਼ਿੰਦਗੀ ਗੁਜ਼ਰੇ ਨੇ ਪਏ ਸਾਡਾ ਮੁਲਕ ਸੰਵਰ ਵੰਜੇ ਮੇਰੇ ਦੋਸਤੋ ਇਹ ਡੇਰਾ ਨਿਊਜ਼ ਦੀ ਤੇ ਉਹਨਾਂ ਦੀ ਟੀਮ ਦੀ ਬਹੁਤ ਬਿਹਤਰੀਨ ਕਾਵਿਸ਼ ਹੈ ਅਸਾਂ ਤੁਹਾਡੇ ਕੋਲ ਈਵਨਿੰਗ ਐਂਟਰਟੇਨਮੈਂਟ ਦੇ ਸੁਰਾਂਦੇ ਅਸਾਂ ਤੁਹਾਡੇ ਵਾਸਤੇ ਇਹੋ ਜਿਹੇ ਬਿਹਤਰੀਨ ਪ੍ਰੋਗਰਾਮ ਪੇਸ਼ ਕਰੇ ਸੁਰਾਂਦੇ ਔਰ ਰੋਡ ਸ਼ੋਅ ਵੀ ਪੇਸ਼ ਕਰੇ ਸੁਰਾਂਦੇ ਔਰ ਸਾਡੀ ਗੁਜ਼ਾਰਿਸ਼ ਹੈ ਕਿ ਤੁਸੀਂ ਇਹ ਪ੍ਰੋਗਰਾਮ ਕੋ ਡੇਰਾ ਨਿਊਜ਼ ਕੋ ਔਰ ਉਹਨਾਂ ਦੀ ਟੀਮ ਵਾਲਾ ਜਿਹੜਾ ਵਰਕ ਕੀਤਾ ਹੋਇਆ ਉਹਨਾਂ ਕੋ ਲਾਈਕ ਕਰੋ ਕਮੈਂਟਸ ਕਰੋ ਔਰ ਉਹਨਾਂ ਤੇ ਜਿਤਨਾ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰੋ ਤਾਂ ਕਿ ਅਸਾਂ ਤੁਹਾਡੇ ਵਾਸਤੇ ਬਿਹਤਰੀਨ ਪ੍ਰੋਗਰਾਮ ਪੇਸ਼ ਕਰ ਸਕੀਏ ਇਹ ਡੇਰਾ ਨਿਊਜ਼ ਦੀ ਤੁਸੀਂ ਜਿਹੜੇ ਸ਼ੇਅਰ ਕਰੇ ਸੋ ਲਾਈਕ ਕਰੇ ਸੋ ਕਮੈਂਟ ਕਰੇ ਸੋ ਇਹ ਸਾਡੀ ਹੌਸਲਾ ਵਧਾਈ ਹੈ ਅਸਾਂ ਫਨਕਾਰਾਂ ਕੋ ਪਤਾ ਲੱਗ ਸੀ ਕਿ ਤੁਸੀਂ ਸਾਰੀ ਹੌਸਲਾ ਵਧਾਈ ਕਰਦੇ ਪਏ ਵੇ ਇਹਦੇ ਨਾਲ
पूरी टीम को डेरा न्यूज और मेरी जितनी टीम है जै काम कीते और ई मंडी वाले सारे दोस्त भिरावा को मैं वला भी वेलकम करे ना खुश हमदेद अस्सलाम वालेकुम।